जिहड़ा पूरी दुनिया दे विच बड़ा जिहड़ा पैनिक और डर वाला माहौल जिहड़ा सी ते चल भी रहा है। जिहड़ी सरकार नूं जिम्मेवारी निभाउणी चाहीदी सी ओह सरकार ने जिम्मेवारी नहीं निभाई। पर बहुत अफसोस की गल है 150 दे नेड़े जी ने वो नकली शराब दे नाल दुनिया तो चले गए। पटाकियां वाली फैक्ट्री दे विच बंब ब्लास्ट होया उहदे विच भी SITs बनिया रिजल्ट 0। 80% जिहड़े कांग्रेस दे MLA आ वह नकली शराब दे विच इनवॉल्व आ। तां अज इदां दा माहौल बनया भी जे कोई लड़की घरों जाती है तो उन्होंने ये नहीं पता होंदा भी शाम तीन उन्हें सही सलामत आना है कि नहीं। तो जिहड़ा सूबे का मुख्यमंत्री है वह अपनी जिम्मेवारी बिल्कुल जिहड़ा हैगा वह नहीं निभा रहा। वह अपने आलीशान फार्म हाउस से बैठा है। पर सर जहरीली शराब के मुद्दे से कांग्रेस वालों अकाली दल के उत्ते इल्जाम लगाए जा रहे हैं कि यह अकाली सरकार के टाइम तो ही चल रहा है। ਇਹ ਤਾਂ ਇਹਨਾਂ ਦੀ ਪੁਰਾਣੀ ਫਿਤਰਤ ਹੈ ਜਦੋਂ ਵੀ ਕਦੀ ਜੇ ਡਿਵੈਲਪਮੈਂਟ ਨਹੀਂ ਹੋ ਰਹੀ ਤਾਂ ਕਹਿੰਦੇ ਖਜ਼ਾਨਾ ਖਾਲੀ ਹੈ। ਜੇਕਰ ਬਿਜਲੀ ਦੇ ਬਿੱਲ ਵੱਧ ਜਾਂਦੇ ਆ ਤਾਂ ਕਹਿੰਦੇ ਅਕਾਲੀ ਦਲ ਦੇ ਟਾਈਮ ਦੇ ਉੱਤੇ ਆ। ਜੇ ਕੋਈ ਇਹਨਾਂ ਨੂੰ ਲੱਗਦਾ ਹੈ ਬਈ ਅਕਾਲੀ ਦਲ ਦਾ ਕੋਈ ਬੰਦਾ ਇਨਵੋਲਵ ਹੈ ਤਾਂ 3 ਸਾਲ ਹੋ ਗਿਆ ਉਡੀਕਦੇ ਕੀ ਆ, ਚੱਕ ਕੇ ਜੇਲ੍ਹ 'ਚ ਦੇਣ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਬਈ ਜਿਹੜਾ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਗੱਲ ਸੀ ਉਹ ਕਿੱਥੇ ਗਿਆ। ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਰੀਬ ਕਰੀਬ 100 ਤੋਂ ਵੱਧ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋ ਚੁੱਕੀਆਂ। ਸੋ ਅੱਜ ਫਲੌਰ ਤੋਂ ਹਲਕਾ ਵਿਧਾਇਕ ਸਰਦਾਰ ਬਲਦੇਵ ਸਿੰਘ ਖਹਿਰਾ ਜੀ ਦੇ ਨਾਲ ਗੱਲਬਾਤ ਕਰਾਂਗੇ। ਸੋ ਆਓ ਜਾਣਦੇ ਹਾਂ ਉਹਨਾਂ ਤੋਂ ਮੌਤਾਂ ਦੇ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਰ, ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋ ਚੁੱਕੀਆਂ, ਉਹਦੇ ਬਾਰੇ ਕੀ ਕਹਿਣਾ? ਦੇਖੋ, ਤਕਰੀਬਨ 3 ਸਾਲ ਦਾ ਸਮਾਂ ਹੋ ਗਿਆ। 3 ਸਾਲ ਦੇ ਸਮੇਂ ਦੇ ਦੌਰਾਨ ਸਭ ਤੋਂ ਨਾਜ਼ੁਕ ਟਾਈਮ ਇਹ ਸੀ ਜਦੋਂ ਕਰੋਨਾ ਦੇ ਨਾਲ ਜਿਹੜਾ ਪੂਰੀ ਦੁਨੀਆ ਦੇ ਵਿੱਚ ਬੜਾ ਜਿਹੜਾ ਪੈਨਿਕ ਔਰ ਡਰ ਵਾਲਾ ਮਾਹੌਲ ਜਿਹੜਾ ਸੀ ਅਤੇ ਚੱਲ ਵੀ ਰਿਹਾ। ਉਸ ਸਮੇਂ ਦੇ ਦੌਰਾਨ ਜਿਹੜੀ ਸਰਕਾਰ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਉਹ ਸਰਕਾਰ ਨੇ ਜ਼ਿੰਮੇਵਾਰੀ ਨਹੀਂ ਨਿਭਾਈ। ਔਰ ਇਹ ਬੜਾ ਜਿਹੜਾ ਗੰਭੀਰ ਔਰ ਸੋਚਣ ਵਾਲੀ ਵੀ ਗੱਲ ਹੈ ਵੀ ਜਦੋਂ ਕਿਸੇ ਸੂਬੇ ਦਾ ਮੁੱਖ ਮੰਤਰੀ ਇੱਕੋ ਹੀ ਗੱਲ ਦੇ ਉੱਤੇ ਲੱਗਾਇਆ ਹੋਵੇ ਬਈ ਠੇਕੇ ਖੋਲ੍ਹ ਦਿੱਤੇ ਜਾਣ ਤਾਂ ਉਸ ਵੇਲੇ ਜਿਹੜਾ ਹੈਗਾ ਸੁਭਾਵਿਕ ਹੈ ਬਈ ਉਹ ਸੂਬੇ ਦੇ ਵਿੱਚ ਜਿਹੜਾ ਹੈਗਾ ਇਦਾਂ ਦੀਆਂ ਗੱਲਾਂ ਹੀ ਹੋਣੀਆਂ ਜਿਹੜੀਆਂ ਹੋ ਰਹੀਆਂ। ਪਰ ਬਹੁਤ ਅਫਸੋਸ ਦੀ ਗੱਲ ਹੈ ਬਈ ਤਕਰੀਬਨ 150 ਦੇ ਨੇੜੇ ਜਿਹੜੇ ਜੀ ਨੇ ਉਹ ਨਕਲੀ ਸ਼ਰਾਬ ਦੇ ਨਾਲ ਦੁਨੀਆ ਤੋਂ ਚਲੇ ਗਏ। SITs ਅੱਗੇ ਵੀ ਬੜੀਆਂ ਬਣੀਆਂ, ਚਾਹੇ ਉਹਦੇ ਵਿੱਚ ਬੀਜ ਘੁਟਾਲਾ ਨੂੰ ਲੈ ਕੇ ਬਣੀ, ਰਿਜ਼ਲਟ ਕੋਈ ਨਹੀਂ। ਚਾਹੇ ਉਦੋਂ ਬਾਅਦ ਵਿੱਚ ਰੇਲਵੇ ਫਾਟਕ ਅੰਮ੍ਰਿਤਸਰ 'ਤੇ ਜਿਹੜਾ ਉਹਦੇ ਵਿੱਚ ਸੌਆਂ ਦੇ ਵਿੱਚ ਜਿਹੜਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜਾ ਪਰਿਵਾਰਾਂ ਦੇ ਜੀ ਉਹਦੇ ਵਿੱਚ ਦੁਨੀਆ ਤੋਂ ਚਲ ਗਿਆ, ਉਹਦਾ ਰਿਜ਼ਲਟ ਕੋਈ ਨਹੀਂ, ਸਜ਼ਾ ਕਿਸੇ ਨੂੰ ਨਹੀਂ ਮਿਲੀ। ਅਤੇ ਉਦੋਂ ਬਾਅਦ ਚਾਹੇ ਜਿਹੜਾ ਉਹ ਪਟਾਕਿਆਂ ਵਾਲੀ ਫੈਕਟਰੀ ਦੇ ਵਿੱਚ ਬੰਬ ਬਲਾਸਟ ਹੋਇਆ ਉਹਦੇ ਵਿੱਚ ਵੀ SITs ਬਣੀਆਂ, ਰਿਜ਼ਲਟ 0, ਕੋਈ ਵੀ ਕਿਸੇ ਨੂੰ ਸਜ਼ਾ ਨਹੀਂ ਮਿਲੀ। ਅਤੇ ਹੁਣ ਵੀ ਜਿਹੜਾ ਅਸੀਂ ਨਹੀਂ ਕਹਿੰਦੇ, ਕਾਂਗਰਸ ਦੇ ਹੀ ਸਾਬਕਾ ਪ੍ਰਧਾਨ ਬਾਜਵਾ ਜੀ ਅਤੇ ਸ਼ਮਸ਼ੇਰ ਸਿੰਘ ਦੂਲੋ ਗਵਰਨਰ ਨੂੰ ਮਿਲ ਕੇ ਆਏ ਔਰ ਉਹਨਾਂ ਨੇ ਇਹ ਗੱਲ ਆਪ ਕਹੀ ਹੈ ਬਈ 80% ਜਿਹੜੇ ਕਾਂਗਰਸ ਦੇ MLA ਆ ਉਹ ਨਕਲੀ ਸ਼ਰਾਬ ਦੇ ਵਿੱਚ ਇਨਵੋਲਵ ਆ, ਵੀ ਉਹਨਾਂ ਦੀ ਇਹਦੇ ਵਿੱਚ ਜਿਹੜੀ ਹੈਗੀ ਆ ਭਾਗੀਦਾਰੀ ਹੈ। ਇਹਦੇ ਲਈ ਇਹ ਅੱਜ ਬੜਾ ਚਿੰਤਾ ਦਾ ਵਿਸ਼ਾ ਹੈ ਬਈ ਕਰੋਨਾ ਦੇ ਵਿੱਚ ਜਿੱਥੇ ਲੋਕਾਂ ਨੂੰ ਖਾਣ ਨੂੰ ਜਿਹੜਾ ਰਾਸ਼ਨ ਨਹੀਂ ਸੀ, ਖਾਣ ਨੂੰ ਰੋਟੀ ਨਹੀਂ ਸੀ, ਲੋਕਾਂ ਨੇ ਬੜਾ ਮੁਸ਼ਕਿਲ ਨਾਲ ਉਹ ਆਪਣਾ ਜਿਹੜਾ ਸਮਾਂ ਕੱਢਿਆ, ਉੱਥੇ ਦੂਜੇ ਪਾਸੇ ਜਿਹੜਾ ਧੜਾ ਧੜ ਜਿਹੜੀ ਸ਼ਰਾਬ ਦੀ ਹੈ, ਨਕਲੀ ਸ਼ਰਾਬ ਦੀ ਹੋਮ ਡਿਲੀਵਰੀ ਹੋ ਰਹੀ ਸੀ ਅਤੇ ਨਸ਼ਾ ਜਿਹੜਾ 4 ਗੁਣਾ ਵੱਧ ਗਿਆ। ਅਤੇ ਅੱਜ ਜੇ ਕਿਤੇ ਪੂਰੇ ਪੰਜਾਬ ਦੇ ਵਿੱਚ ਨਿਗਾਹ ਮਾਰਦੇ ਹਾਂ ਤਾਂ ਅੱਜ ਇੱਦਾਂ ਦਾ ਮਾਹੌਲ ਬਣਿਆ ਵੀ ਜੇ ਕੋਈ ਲੜਕੀ ਘਰੋਂ ਜਾਂਦੀ ਹੈ ਤਾਂ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਸ਼ਾਮ 'ਤੇ ਉਹਨੇ ਸਹੀ ਸਲਾਮਤ ਆਉਣਾ ਹੈ ਕਿ ਨਹੀਂ। ਜੇ ਕੋਈ ਘਰੋਂ ਬਜ਼ੁਰਗ ਜਾਂਦਾ ਤਾਂ ਉਹਨੂੰ ਇਹ ਨਹੀਂ ਹੁੰਦਾ ਵੀ ਸ਼ਾਮ 'ਤੇ ਜਿਹੜਾ ਹੈਗਾ ਮੈਂ ਠੀਕ ਠਾਕ ਘਰ ਆ ਸਕਦਾ ਜਾਂ ਨਹੀਂ। ਔਰ ਇੱਦਾਂ ਹੀ ਕੋਈ ਵੀ ਜਿਹੜੀ ਮਾਈ ਹੈ ਉਹ ਜੇ ਕਿਤੇ ਘਰੋਂ ਜਾਂਦੀ ਉਹਨੂੰ ਇਹ ਬੜਾ ਡਰ ਹੈ ਵੀ ਕੋਈ ਮੇਰੀਆਂ ਵਾਲੀਆਂ ਨਾ ਲਾਹ ਲਵੇ ਜਾਂ ਕਿਤੇ ਮੇਰੀ ਕੋਈ ਚੇਨੀ ਨਾ ਲਾਹ ਲਵੇ। ਬੜਾ ਜਿਹੜਾ ਮਾਹੌਲ ਉਹ ਪੰਜਾਬ ਦੇ ਵਿੱਚ ਜਿਹੜਾ ਬਹੁਤ ਨਾਜ਼ੁਕ ਬਣਿਆ ਹੋਇਆ।
तो जिहड़ा सूबे का मुख्यमंत्री है वह अपनी जिम्मेवारी बिल्कुल जिहड़ा हैगा वह नहीं निभा रहा, वह अपने आलीशान फार्म हाउस से बैठा है। पर सर जहरीली शराब के मुद्दे से कांग्रेस वालों अकाली दल के उत्ते इल्जाम लगाए जा रहे हैं कि यह अकाली सरकार के टाइम तो ही चल रहा जी। ਇਹ ਤਾਂ ਇਹਨਾਂ ਦੀ ਪੁਰਾਣੀ ਫਿਤਰਤ ਹੈ, ਜਦੋਂ ਵੀ ਕਦੀ ਜੇ ਡਿਵੈਲਪਮੈਂਟ ਨਹੀਂ ਹੋ ਰਹੀ ਤਾਂ ਕਹਿੰਦੇ ਖਜ਼ਾਨਾ ਖਾਲੀ ਹੈ, ਜੇਕਰ ਬਿਜਲੀ ਦੇ ਬਿੱਲ ਵੱਧ ਜਾਂਦੇ ਆ ਤਾਂ ਕਹਿੰਦੇ ਅਕਾਲੀ ਦਲ ਦੇ ਟਾਈਮ ਦੇ ਉੱਤੇ ਆ। 3 ਸਾਲ ਹੋ ਗਏ ਉਹੀ ਅਕਾਲੀ ਦਲ ਦੀ ਗਵਰਨਮੈਂਟ ਸੀ ਜਿਹੜੀ ਨੌਕਰੀਆਂ ਵੀ ਦਿੰਦੀ ਸੀ, 5.5 ਰੁਪਏ ਯੂਨਿਟ ਬਿਜਲੀ ਵੀ ਦਿੰਦੀ ਸੀ ਅਤੇ 24 ਘੰਟੇ ਬਿਜਲੀ ਵੀ ਆਉਂਦੀ ਸੀ, ਨੀਲੇ ਕਾਰਡਾਂ 'ਤੇ ਕਣਕ ਵੀ ਮਿਲਦੀ ਸੀ ਅਤੇ ਧੜਾ ਧੜ ਡਿਵੈਲਪਮੈਂਟ ਦੇ ਕੰਮ ਵੀ ਹੋ ਰਹੇ ਸੀ, ਸੰਗਤ ਦਰਸ਼ਨ ਵੀ ਹੁੰਦੇ ਸੀ। ਇਹ ਤਾਂ ਇੱਕ ਬਹਾਨੇਬਾਜ਼ੀ ਹੈ, ਮੰਨ ਲੈਂਦੇ ਇਹਨਾਂ ਦੀ ਗੱਲ ਜਿਹੜੀ ਇਹ ਕਹਿੰਦੇ ਨੇ ਵੀ ਦੂਸ਼ਣਬਾਜ਼ੀ ਇਹ ਲਾਉਂਦੇ ਨੇ, ਪਰ 3 ਸਾਲ ਹੋ ਗਏ ਇਹਨਾਂ ਨੂੰ ਬਣਿਆ ਨੂੰ। ਜੇ ਕੋਈ ਇਹਨਾਂ ਨੂੰ ਲੱਗਦਾ ਹੈ ਬਈ ਅਕਾਲੀ ਦਲ ਦਾ ਕੋਈ ਬੰਦਾ ਇਨਵੋਲਵ ਹੈ ਤਾਂ 3 ਸਾਲ ਹੋ ਗਏ, ਉਡੀਕਦੇ ਕੀ ਆ, ਚੱਕ ਕੇ ਜੇਲ੍ਹ 'ਚ ਦੇਣ। ਪਰ ਇਹ ਗੱਲਾਂ ਦੇ ਨਾਲ ਕੁਛ ਨਹੀਂ ਬਣਨ ਵਾਲਾ। ਵਿਧਾਨ ਸਭਾ ਦੇ ਵਿੱਚ ਵੀ ਅਸੀਂ ਕਿਹਾ ਸੀ ਵੀ ਜੇ ਤੁਹਾਨੂੰ ਲੱਗਦਾ ਵੀ ਕੋਈ ਇਨਵੋਲਵ ਹੈ ਤਾਂ ਉਹਦੇ 'ਤੇ ਕਾਰਵਾਈ ਕਰੋ, ਫਿਰ ਉਡੀਕਦੇ ਕੀ ਆ। 3 ਸਾਲ ਲੰਘ ਹੈ ਪਰ ਹੁਣ ਪੰਜਾਬ ਦੇ ਲੋਕ ਜਿਹੜਾ ਉਹ ਜਾਣ ਚੁੱਕੇ ਆ ਵੀ ਗੱਲਾਂ ਦੇ ਨਾਲ ਕੁਛ ਨਹੀਂ ਹੋਣਾ। ਕਾਂਗਰਸ ਦੀ ਪੁਰਾਣੀ ਫਿਤਰਤ ਹੈ ਵੀ ਕੰਮ ਕੋਈ ਡਿਵੈਲਪਮੈਂਟ ਦਾ ਨਹੀਂ ਕਰਨਾ, ਪਰ ਲੋਕਾਂ ਨੂੰ ਜਿਹੜਾ ਹੈ ਕੰਮ ਵਾਲੇ ਪਾਸੇ ਤੋਂ ਹਟਾ ਕੇ ਧਿਆਨ ਦੂਜੇ ਪਾਸੇ ਲਾਉਣਾ, ਉਹਦੇ ਵਿੱਚ ਕਾਂਗਰਸ ਮਾਹਰ ਹੈ। ਪਰ ਇਹ ਜ਼ਿਆਦਾ ਚਿਰ ਨਹੀਂ ਚੱਲਣਾ ਕਿਉਂਕਿ ਹੁਣ ਕਿਤੇ ਨਾ ਕਿਤੇ ਜਿਹੜਾ ਆ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਜਾਂ ਸੂਬੇ ਦੇ ਲੋਕ ਡਿਵੈਲਪਮੈਂਟ ਮੰਗਦੇ ਆ, ਕੰਮ ਮੰਗਦੇ ਆ, ਸਹੂਲਤਾਂ ਮੰਗਦੇ ਆ, ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਇਹ ਪੂਰੇ ਕਰਨ ਦੇ ਲਈ ਲੋਕ ਜਵਾਬ ਮੰਗਦੇ ਆ। ਔਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਜਵਾਬ ਦੇਣਾ ਚਾਹੀਦਾ ਵੀ ਜਿਹੜਾ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਗੱਲ ਸੀ ਉਹ ਕਿੱਥੇ ਗਿਆ, ਨੌਕਰੀ ਘਰ ਘਰ ਕਿੱਥੇ ਗਈ, 2500 ਭੱਤਾ ਕਿੱਥੇ ਗਿਆ, ਇਹ ਸਾਰੀਆਂ ਗੱਲਾਂ ਜਿਹੜੀਆਂ ਲੋਕ ਜਵਾਬ ਮੰਗਦੇ ਆ। ਔਰ ਇਹ ਇੱਦਾਂ ਗੱਲ ਨਹੀਂ ਬਣਨੀ, ਇਹ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਪੈਣਾ, ਨਹੀਂ ਤਾਂ ਸੂਬੇ ਦੇ ਲੋਕ ਬੜੇ ਕਾਲੇ ਨੇ ਇਹਨਾਂ ਦੀ ਸਰਕਾਰ ਨੂੰ ਲਾਂਭੇ ਕਰਨ ਦੇ ਲਈ। ਔਰ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਕਿ 3 ਸਾਲ ਦਾ ਸਮਾਂ ਲੰਘ ਗਿਆ, ਇਹਨਾਂ ਦਾ ਮਹੀਨੇ ਰਹਿ ਗਿਆ 18, 18 ਮਹੀਨਿਆਂ ਦੇ ਵਿੱਚ 3 ਸਾਲਾਂ 'ਚ ਨਹੀਂ ਕੁਛ ਹੋਇਆ ਤਾਂ 18 ਮਹੀਨੇ 'ਚ ਕੀ ਹੋਣਾ। ਇਹਦੇ ਲਈ ਆਪਾਂ ਇਕੱਠੇ ਹੋਈਏ, ਸਰਕਾਰ ਨੂੰ ਲਾਂਭੇ ਕਰੀਏ, ਪਹਿਲਾਂ ਵਾਲੀ ਸਰਕਾਰ ਲੈ ਕੇ ਆਈਏ ਜਿਹਦੇ ਵਿੱਚ ਸੰਗਤ ਦਰਸ਼ਨ ਵੀ ਹੁੰਦੇ ਸੀ, ਸੁੱਖ ਸਹੂਲਤਾਂ ਵੀ ਮਿਲਦੀਆਂ ਸੀ ਅਤੇ ਭਾਈਚਾਰਕ ਸਾਂਝ ਜਿਹੜੀ ਉਹ ਵੀ ਬਣੀ ਹੋਈ ਸੀ। ਸਰ ਇੱਥੇ ਸਵਾਲ ਇੱਕ ਇਹ ਵੀ ਹੈ ਕਿ ਪਿਛਲੇ ਦਿਨੀ ਸੁਖਬੀਰ ਬਾਦਲ ਸਰ ਨਾਲ ਤੁਹਾਡੀ ਮੀਟਿੰਗ ਹੋਈ ਸੀ ਅਤੇ ਉਹ ਮੀਟਿੰਗ ਦੇ ਵਿੱਚ ਤੁਹਾਨੂੰ ਕੀ ਉਹਨਾਂ ਨੇ ਕੰਮ ਕਰਨ ਨੂੰ ਕਿਹਾ ਗਿਆ? ਮੀਟਿੰਗ ਦੇ ਵਿੱਚ ਤਾਂ ਇਹ ਆ ਵੀ ਪ੍ਰਧਾਨ ਸਾਹਿਬ ਨੇ ਆਉਣ ਵਾਲੀਆਂ ਇਲੈਕਸ਼ਨਾਂ ਨੂੰ ਵੀ ਦੇਖਦੇ ਹੋਏ ਜਿਹੜਾ ਉਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਆ, ਅਤੇ ਬਾਕੀ ਮੀਟਿੰਗ ਦੇ ਵਿੱਚ ਇਹ ਵੀ ਉਹਨਾਂ ਨੇ ਕਿਹਾ ਬਈ ਡਿਵੈਲਪਮੈਂਟ ਜਿਹੜੀ ਆਪਾਂ ਕੀਤੀ ਹੈ ਕਾਂਗਰਸ ਕੋਲ 3 ਸਾਲਾਂ ਦੇ ਵਿੱਚ ਉਹਦਾ ਕੋਈ ਜਵਾਬ ਨਹੀਂ ਹੈ, ਅਤੇ ਜਿੰਨੀਆਂ ਵੀ ਸਕੀਮਾਂ ਚੱਲ ਰਹੀਆਂ ਉਹ ਵੀ ਅਕਾਲੀ ਦਲ ਦੀ ਦੇਣ ਹੈ। ਉਹਨੇ ਇਹ ਮੀਟਿੰਗ ਦੇ ਵਿੱਚ ਇਹ ਵੀ ਹੋਇਆ ਕਿ ਲਾਮਬੰਦ ਕਰੋ ਸਾਰਿਆਂ ਨੂੰ, ਔਰ ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਹੈ ਕੈਪਟਨ ਸਰਕਾਰ ਦੀਆਂ ਜਿਹੜੀਆਂ ਨਾਕਾਮੀਆਂ ਉਹ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹ ਲੋਕਾਂ ਨੂੰ ਦੁਬਾਰਾ ਫੇਰ 2017 ਦੀ ਤਰ੍ਹਾਂ ਗੁੰਮਰਾਹ ਨਾ ਕਰ ਸਕਣ। ਧੰਨਵਾਦ। ਸੋ ਇਹ ਸਨ ਸਰਦਾਰ ਬਲਦੇਵ ਖਹਿਰਾ ਜੀ, ਜਿਨ੍ਹਾਂ ਦੇ ਵੱਲੋਂ ਆਪਣੇ ਕੀਮਤੀ ਵਿਚਾਰ ਸਾਂਝ ਟੀਵੀ ਦੇ ਨਾਲ ਰੱਖੇ ਗਏ। ਕੈਮਰਾਮੈਨ ਅਮਰਿੰਦਰ ਬੋਬੀ ਦੇ ਨਾਲ ਲਵਲੀ ਕੁਮਾਰ, ਸਾਂਝ ਟੀਵੀ ਤੱਗੜਾ।